ਸਲੀਮ ਸਾਹਿਬ ਇਹਦਾ ਕੀ ਨਾਂ ਰੱਖਿਆ ਨੇ? ਇਹਦਾ ਨਾਂ ਹੈ ਜੀ ਮੋਤੀ। ਮੋਤੀ ਨਾਮ ਜੀ, ਇਸਦਾ। ਮੋਤੀ ਤੇ ਕਿਤਨੇ ਦਿਨਾਂ ਦਾ ਹੋ ਗਿਆ? ਕਿਤਨੇ ਹੋ ਗਿਆ ਜੀ? 14 ਮਹੀਨੇ ਦਾ। 14 ਮਹੀਨੇ ਦਾ ਹੋ ਗਿਆ ਜੀ। 14 ਮਹੀਨੇ। ਤੇ ਇਹ ਸ਼ੁਰੂ ਤੋਂ ਹੀ ਤੁਹਾਡੇ ਕੋਲ ਹੀ ਹੈ ਬੱਚਾ ਜਦੋਂ ਲਿਆਂਦਾ? ਜੀ ਜੀ, ਬੱਚਾ ਸੀ। ਤੇ ਇਹਨੂੰ ਫਿਰ ਕਿਸ ਤਰ੍ਹਾਂ ਪਾਲਿਆ? ਛੋਟੇ ਜੀ ਫੀਡਰ ਨਾਲ ਪਾਲਿਆ। ਫੀਡਰ ਨਹੀਂ ਹੁੰਦਾ ਜੀ, ਫੀਡਰ। ਤੇ ਇਹਦਾ ਸ਼ੌਕ ਹੀ ਹੈ ਜਾਂ ਇਹਨੂੰ ਕੋਈ ਲੜਾਉਂਦੇ ਵੀ ਹਨ ਕੁਝ ਲੋਕ? ਤੇ ਦਾ ਸ਼ੌਕ ਹੈ ਜੀ, ਸ਼ੌਕ। ਸਿਰਫ ਸ਼ੌਕ ਵਾਸਤੇ ਰੱਖਾ? ਜੀ ਜੀ, ਸਿਰਫ ਸ਼ੌਕ। ਲੱਗਦਾ ਵੀ ਇਹਨਾਂ ਦੇ ਕਿਉਂਕਿ ਜ਼ਖਮਾਂ ਦੇ ਨਿਸ਼ਾਨ ਨਿਸ਼ੂਨ ਨਹੀਂ ਹਨ ਬਾਕੀ ਲੋਕਾਂ ਤੇ। ਕੁੱਤਾ ਜੀ, ਸਾਫ਼। ਤੇ ਇਹਨੂੰ ਸਲੀਮ ਸਾਹਿਬ ਤੁਸੀਂ ਤੇ ਨਹੀਂ ਲੜਾਉਂਦੇ ਨੇ? ਨਹੀਂ। ਤੇ ਇਹ ਆਪਣੇ ਤੌਰ ਤੇ ਵੀ ਕੁੱਤਿਆਂ ਦੇ ਨਾਲ ਲੜਦਾ ਲੁੜਦਾ ਨਹੀਂ ਹੈ? ਜੀ ਜੀ, ਬਸ ਕਦੇ ਕੋ ਵੇਖੋ ਲੜ ਲੁੜ ਪਵੇ, ਬੱਚਾ ਹੈ ਨਾ ਜੀ। ਬੱਚਾ ਤੁਹਾਡੇ ਲੱਗਦਾ ਮੋਢਿਆਂ ਦੇ ਨੇੜੇ ਆਇਆ ਖੁੱਤਾ ਜੀ, ਮੈਨੂੰ ਤਾਂ ਲੱਗਦਾ ਬੜਾ ਕੋਈ ਵੱਡਾ ਇਹ ਇਹਨੇ ਅਜੇ ਮਜ਼ੀਦ ਵੱਡਾ ਹੋਣਾ। ਜੀ ਜੀ, ਮਜ਼ੀਦ ਵਾਲੀ ਵੱਡਾ। ਅੱਛਾ, ਮੇਰੇ ਮੂੰਹ ਕੀਤੀ ਖੜਾ ਕਿ ਤੇ ਇਹ ਨਾ ਆਖੇ ਵੀ ਇਹ ਕੀ ਕਰ ਰਹੀ ਹੈ। ਜੀ ਇਹੀ ਤਾਂ ਪਿਆਰਾ ਹੈ। ਇਹ ਪਿਆਰਾ ਖੇਡਦਾ ਤੁਹਾਡੇ ਨਾਲ? ਜੀ ਜੀ, ਬਸ ਖੇਡਦਾ। ਇਸ ਟਾਈਮ ਥੋੜਾ ਸੁਸਤ ਜਿਹਾ ਲੱਗਦਾ, ਕੱਲ ਮੈਂ ਵੇਖ ਰਿਹਾ ਸੁਖ ਬੜੀਆਂ ਸ਼ਰਾਰਤਾਂ ਕਰ ਰਿਹਾ। ਅੱਛਾ, ਹੁਣੇ ਸੁੱਤਾ ਉੱਠੀ ਜੀ? ਠੀਕ ਠੀਕ ਠੀਕ। ਤੇ ਜਦੋਂ ਤੁਸੀਂ ਚਲੇ ਜਾਂਦੇ ਨੇ ਕਾਲਜ ਕੋਲ ਹੀ, ਤੇ ਉਧਰ ਉਸ ਤੋਂ ਬਾਅਦ ਫਿਰ ਕੀ ਕਰਦਾ? ਉਸ ਤੋਂ ਬਾਅਦ ਫਿਰ ਬਾ ਮੈਂ ਇਹਨੂੰ ਬੰਨ੍ਹ ਤੇ ਜਾਂਦਾ ਰਹਿੰਦਾ। ਹਾਂ ਹਾਂ, ਇਹ ਘਰ ਵਾ ਬੈਠਾ ਰਹਿੰਦਾ, ਮੈਂ ਆਉਣਾ ਤੇ ਫਿਰ ਇਹਨੂੰ ਬਾਹਰ ਕੱਢਦਾ ਕੁੜਦਾ। ਇਹਦੀ ਵੈਸੇ ਦਿਲ ਲੱਗੀ ਸਿਰਫ ਤੇਰੇ ਨਾਲ ਹੀ ਹੈ, ਬਾਕੀਆਂ ਦੇ ਨਾਲ ਵਸੀਮ ਹੋਰਾਂ ਦੇ ਨਾਲ ਇਤਨੀਆਂ ਦੀ ਦਿਲ ਲੱਗੀ ਨਹੀਂ? ਖੰਦ ਬਸ ਜੀ, ਇੱਕ ਜਿਹੜਾ ਬੰਦਾ ਪਿਆਰ ਕਰੇ ਫਿਰ ਛੇ ਹੁੰਦੇ ਬਣੇ ਹੀ ਆਉਂਦੀ ਹੈ। ਇਹ ਬਿਲਕੁਲ ਸਹੀ ਆਂਦੇ ਨੇ ਕਿ ਖਾਸ ਕਰ ਇਸ ਤਰ੍ਹਾਂ ਦੇ ਕੁੱਤੇ ਦੀ ਵਫਾਤ ਬੜੀ ਮਸ਼ਹੂਰ ਹੈ ਜੀ। ਬਿਲਕੁਲ, ਲੱਗਦਾ ਵੀ ਹੈ ਜੀ ਇਹਨੇ ਜਦੋਂ ਤੁਹਾਡੇ ਨਾਲ ਹੁੰਦਾ ਇੱਥੇ ਹੁੰਦਾ। ਮੈਂ ਜਦੋਂ ਕਾਲਜ ਆਉਣਾ ਤੇ ਮੈਨੂੰ ਮਿਲਦਾ ਹੈ ਜੀ, ਬਿਲਕੁਲ ਬਕਾਇਦਾ, ਜਿਸ ਤਰ੍ਹਾਂ ਬੰਦਾ ਦੂਸਰੇ ਲੋਕਾਂ ਨੂੰ ਆ ਤੇ ਮਿਲਦਾ ਵੀ ਇਤਨੇ ਦਿਨ ਦਿਲ ਹੀ ਨਹੀਂ ਲੱਗਦਾ ਜੀ ਘਰ ਵਿੱਚ। ਤੇ ਸਲੀਮ ਸਾਹਿਬ, ਇਹ ਕੁੱਤਿਆਂ ਦੇ ਤੇ ਬਾਰੇ ਲੋਕ ਇਹ ਤੇ ਇਹ ਵੀ ਆਖਦੇ ਨੇ ਕਿ ਉਹਨਾਂ ਨੂੰ ਬਕਾਇਦਾ ਵਾਕ ਕਰਵਾਉਂਦੇ ਨੇ ਉਹਨਾਂ ਜੀ? ਬਿਲਕੁਲ, ਵਾਕ ਹੁੰਦੀ ਹੈ ਜੀ, ਬਿਲਕੁਲ। ਤੇ ਤੁਸੀਂ ਇਸ ਨੂੰ ਕਿਤਨੀ ਵਾਕ ਕਰਵਾਉਂਦੇ ਨੇ? 2 ਕਿਲੋਮੀਟਰ ਜਾਂਦਾ ਹੈ ਤੇ 2 ਕਿਲੋਮੀਟਰ ਵਾਪਸ ਆਉਂਦਾ ਹੈ। ਇਹ ਰੋਜ਼ਾਨਾ ਸਵੇਰ ਸਵੇਰ ਤੁਸੀਂ ਉਸ ਨੂੰ ਲੈਂਦੇ? ਰੋਜ਼ਾਨਾ ਮੇਰੀ ਡਿਊਟੀ ਹੈ। ਤੇ ਉਹਦੇ ਨਾਲ ਕੀ ਇਹਦੇ ਪੈਰ ਮਜ਼ਬੂਤ ਹੁੰਦੇ? ਇਹ ਕੱਦ ਵੀ ਕਰਦਾ, ਇਹ ਪੈਰ ਵੀ ਮਜ਼ਬੂਤ ਹੁੰਦਾ, ਫਿਟਨੈਸ ਵਿੱਚ ਵੀ ਆਉਂਦਾ। ਜਿਸ ਤਰ੍ਹਾਂ ਬੰਦੇ ਦਾ ਸੇਮ ਇਨਸਾਨੀ ਜੁੱਸਾ ਜਿਸ ਤਰ੍ਹਾਂ ਹੈ? ਇਨਸਾਨੀ ਜਿਸਮ ਤਾਂ ਠੀਕ ਹੈ। ਤੇ ਇਹਦੋ ਕੀ ਇਹਦੀ ਖੁਰਾਕ ਵਗੈਰਾ ਕੀ? ਇਹਦੀ ਖੁਰਾਕ ਹੈ ਜੀ 2 ਕਿਲੋ ਦੁੱਧ ਸਵੇਰ, 2 ਕਿਲੋ ਸ਼ਾਮ, ਤੇ ਵਿੱਚ ਇਹਦੇ ਅਸੀਂ ਰੋਟੀ ਮਿਕਸ ਕਰ ਦਿੰਦੇ ਹਾਂ ਥੋੜ੍ਹੀ ਹਲਕੀ ਹਲਕੀ, ਅਤੇ ਇਹਨੇ ਦਿਹਾੜੀ ਵਿੱਚ ਇੱਕ ਵਾਰੀ ਦੁਪਹਿਰੀ ਤਕਰੀਬਨ 12 ਕੁ ਵਜੇ ਗੋਸ਼ਤ ਖਾਣਾ ਜੀ। ਤੇ ਗੋਸ਼ਤ ਦੇ ਨਾਲ ਨਾਲ ਤੇ ਗੋਸ਼ਤ ਵੀ ਖਵਾਉਂਦੇ ਨੇ, ਲੇਕਿਨ ਲੋਕ ਤੇ ਹੋਰ ਵੀ ਬਹੁਤ ਕੁਛ ਨ ਸਬਜ਼ੀ ਦੇ। ਹਾਂ, ਕੁੱਤਾ ਹੁੰਦੇ ਸ਼ੌਕੀਨ ਹੁੰਦੇ ਸਬਜ਼ੀਆਂ ਖਵਾਉਂਦੇ ਨੇ, ਗੋਂਗਲੂ ਇਹ ਇਹਨਾਂ ਦਾ ਇਹ ਸ਼ੌਂਕ ਨਾਲ ਖਾਂਦੇ ਜੀ। ਤੇ ਫਿਰ ਉਹ ਆਪਾਂ ਤਾਂ ਸਬਜ਼ੀ ਬਣਾਉਣੇ, ਇਹ ਬੋਇਲ ਕਰਤੇ ਤੇ ਜੀ ਇਹ ਉਹ ਖਾ ਲੈਂਦੇ ਨੇ, ਬਾਟੇ ਵੀ ਰੱਖ ਦਿੱਤਾ ਤੇ ਖਾ ਲਈ। ਤੇ ਕੁਛ ਲੋਕ ਤੇ ਕੁੱਤਿਆਂ ਦਾ ਉਹਨਾਂ ਨੂੰ ਸੇਲ ਆਊਟ ਵੀ ਕਰਦੇ ਨੇ, ਉਹਨਾਂ ਨੂੰ ਵੇਚਦੇ ਵੀ ਹਨ ਬਕਾਇਦਾ? ਬਿਲਕੁਲ ਉਲਟਾ ਹੈ ਜੀ, ਵੇਚਦੇ ਲੋਕ ਬਹੁਤ ਬਹੁਤ ਮਹਿੰਗੇ ਮਹਿੰਗੇ ਵਿਕਦੇ ਨੇ ਜੀ, 10-12 ਲੱਖ ਤੱਕ ਵਿਕਦੇ ਨੇ ਇਹ ਕੁੱਤੇ। ਇਹ ਕੁੱਤੇ 10-12 ਲੱਖ ਇਹਨਾਂ ਦਾ ਰੇਟ ਹੁੰਦਾ? ਵਿਕਦੇ ਨੇ ਜੀ। ਵਾਹ ਵਾਹ, ਕਿਆ ਕਹਿਣਾ। ਦੇ ਮੁਤਾਬਕ ਵਿਕਦੇ ਨੇ, ਜਿਹੜੇ ਜਿਹੜੇ ਵੱਡੇ ਕੁੱਤੇ ਹੋਣ, ਜਿਹੜੇ ਜਿਹੜੇ ਕੱਦ ਵੱਡੇ ਹੋਣ, ਉਹਨੇ ਫਿਰ ਰੇਟ ਵੱਡੇ ਹੁੰਦੇ। ਤੇ ਇਹ ਕੁੱਤਾ ਜਿਹੜਾ ਇਹ ਤੁਹਾਡਾ ਵੱਡੀ ਨਸਲ ਦੇ ਵੱਡੇ ਕੱਦ ਦੀ ਨਸਲ ਦਾ? ਵੱਡੇ ਤੋਂ ਵੱਡੇ ਕੱਦ। ਅਜੇ ਮਜ਼ੀਦ ਇਸ ਨੇ ਕੁਛ ਅੱਗੇ ਵਧਣਾ? ਜੀ ਜੀ, ਇਨਸ਼ਾਅੱਲਾ ਵਧੇਗਾ। ਚਲੋ ਜੀ, ਤੁਹਾਡਾ ਸ਼ੌਕ ਹੈ, ਬੜਾ ਸੋਹਣਾ ਸ਼ੌਕ ਹੈ, ਲੇਕਿਨ ਇੱਕ ਥੋੜ੍ਹਾ ਜਿਹਾ ਇਹ ਹੈ ਕਿ ਜਿਹੜੇ ਲੋਕ ਇਹਨਾਂ ਨਾਲ ਲੜਾਉਂਦੇ ਇੰਨੇ ਜ਼ਖਮੀ ਹੁੰਦੇ ਨੇ, ਉਸ ਟਾਈਮ ਤਕਲੀਫ ਹੁੰਦੀ ਹੈ। ਜੀ ਜੀ, ਹੁੰਦੀ ਤਕਲੀਫ, ਆਪਾਂ ਕਿਹੜਾ ਫਿਰ ਲੜਾਉਣਾ ਹੈ ਜੀ? ਸਿਰਫ ਸ਼ੌਕ ਵਾਸਤੇ ਰੱਖਿਆ? ਜੀ ਜੀ, ਆਪਣਾ ਸ਼ੌਕ ਹੈ। ਬਸ ਇਹੀ ਹੈ ਕਿ ਉਹ ਲੋਕ ਜਿਹੜੇ ਇਹਨਾਂ ਨਾਲ ਲੜਾਉਂਦੇ ਨੇ, ਇਹਨਾਂ 'ਤੇ ਜ਼ੁਲਮ, ਉਹ ਬੜਾ ਜ਼ੁਲਮ ਹੁੰਦਾ ਹੈ, ਸਾਰੇ ਜ਼ਖਮੀ ਹੁੰਦੇ ਨੇ, ਖੂਨੋ ਖੂਨੀ ਹੁੰਦੇ ਨੇ। ਅਤੇ ਇਸ ਹੱਦ ਤੱਕ ਤਾਂ ਬੜਾ ਸੋਹਣਾ ਲੱਗ ਰਿਹਾ ਤੁਹਾਡੇ ਨਾਲ ਪਿਆਰ, ਉਹ ਪਿਆਰ ਜਾਨਵਰਾਂ ਨਾਲ ਇਨਸਾਨਾਂ ਨਾਲ ਕਰਨਾ ਚਾਹੀਦਾ। ਕੋਈ ਕੋਈ ਕੁੱਤਾ ਕਰਦਾ ਜੀ, ਬਾਕੀ ਤਾਂ ਹਾਂ ਕੁਛ ਮੈਂ ਇਸ ਤਰ੍ਹਾਂ ਕੁੱਤੇ ਮੈਂ ਐਸੇ ਵੀ ਵੇਖੇ ਜਿਹੜੇ ਮਾਲਕਾਂ ਨੂੰ ਪਾਉਂਦੇ, ਮਾਲਕਾਂ ਨੂੰ ਪਾਉਂਦੇ ਨੇ, ਉਸ ਇਤਨੀ ਦੇਰ ਉਹ ਨਹੀਂ ਰੁਕਦੇ ਇਸ ਤਰ੍ਹਾਂ ਜਿਵੇਂ ਤੁਸੀਂ ਰੋਕ ਕੇ ਖੜੇ ਹੋ, ਉਤਨੀ ਦੇਰ ਉਹ ਨਹੀਂ ਰੁਕਦੇ। ਇਹ ਤਾਂ ਹੁਣ ਸੁੱਤਾ ਪਿਆ, ਤੁਸੀਂ ਉਠਾ ਲਈਏ, ਤੇ ਬਾਜ਼ ਕੁੱਤੇ ਤੇ ਇਸ ਤਰ੍ਹਾਂ ਵੀ ਪੈ ਜਾਂਦੇ। ਚਲੋ ਠੀਕ ਹੈ ਜੀ, ਦੇਖਦੇ ਹਾਂ ਅਗਲੀ ਵਾਰੀ ਚੱਕਰ ਲੱਗਾ ਤੇ ਵੇਖਦੇ ਹਾਂ ਕਿਤਨਾ ਅੱਗੇ ਵਧਿਆ। ਬੜਾ ਸੋਹਣਾ ਕੁੱਤਾ ਜੀ।